ਸਨੀ ਮਾਲਟ ਨੇ ਅੱਜ ਲਾਈਵ ਆ ਕੇ ਫੈਨਸ ਦਾ ਬਹੁਤ ਬਹੁਤ ਧੰਨਵਾਦ ਕੀਤਾ ਅਤੇ ਸਨੀ ਮਾਲਟ ਇਮੋਸ਼ਨਲ ਵੀ ਹੋ ਗਿਆ ਕਿਤੇ ਨਾ ਕਿਤੇ, ਕਿਉਂਕਿ ਗਾਣਾ ਹੁਣ ਤੱਕ ਬਿੱਗ ਹਿੱਟ ਗਿਆ, ਸਾਰੇ ਪਾਸੇ ਟ੍ਰੈਂਡਿੰਗ ਉੱਤੇ ਗਾਣੇ ਨੇ ਕਬਜ਼ਾ ਕੀਤਾ ਹੋਇਆ। ਅਤੇ ਸਨੀ ਮਾਲਟ ਨੇ ਦੱਸਿਆ ਇਹ ਗਾਣਾ 2022 ਦੇ ਵਿੱਚ ਰਿਕਾਰਡ ਕੀਤਾ ਸੀ ਅਤੇ 2 ਸਾਲ ਤੋਂ ਸਨੀ ਮਾਲਟ ਨੇ ਗਾਣਾ ਸਾਂਭ ਕੇ ਰੱਖਿਆ ਹੋਇਆ ਇਹ, ਅਤੇ ਗਾਣੇ ਦਾ ਦੋਸਤੋ ਰੀਲਸ ਦੇ ਉੱਤੇ ਵੀ ਕਬਜ਼ਾ ਹੋ ਚੁੱਕਾ, ਟ੍ਰੈਂਡਿੰਗ 13 ਰੀਲਸ ਦੇ ਉੱਤੇ ਚੱਲ ਰਿਹਾ। ਜੇ ਸਨੀ ਮਾਲਟਨ ਦੀ ਉਹ ਵੀਡੀਓ ਨਹੀਂ ਦੇਖੀ ਲਾਈਵ ਵਾਲੀ ਤਾਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਾ ਦੇਵਾਂਗੇ, ਵੀਡੀਓ ਜ਼ਰੂਰ ਚੈੱਕ ਕਰਿਓ।